ਉਹਦੀ ਪੰਜਾਬ ਯੂਨੀਵਰਸਿਟੀ 'ਚ ਵਜਿਆ ਵਿਦਿਆਰਥੀ ਚੋਣਾਂ ਦਾ ਬਿਲਕੁਲ 6 ਸਤੰਬਰ ਨੂੰ ਹੋਣਗੀਆਂ ਸਟੂਡੈਂਟ ਕਾਊਂਸਲ ਦੀਆਂ ਚੋਣਾਂ, ਪੀ ਯੂ ਨਾਲ ਸੰਬੰਧਿਤ ਕਾਲਜਾਂ ਦੀਆਂ ਚੋਣਾਂ ਦੀ ਵੀ 6 ਸਤੰਬਰ ਨੂੰ ਹੋਣਗੀਆਂ। ਯੂਨੀਵਰਸਿਟੀ ਵੱਲੋਂ ਚੋਣਾਂ ਲਈ ਪ੍ਰਬੰਧ ਮੁਕੰਮਲ ਕਰ ਲਏ ਗਏ ਨੇ। ਚੋਣਾਂ ਦੀ ਤਿਆਰੀ 'ਚ ਜੁਟੇ ਵਿਦਿਆਰਥੀ ਸੰਗਠਨ, 6 ਸਤੰਬਰ ਨੂੰ ਹੋਣਗੀਆਂ ਸਟੂਡੈਂਟ ਕਾਊਂਸਲ ਦੀਆਂ ਚੋਣਾਂ, ਪੀ ਯੂ ਨਾਲ ਸੰਬੰਧਿਤ ਕਾਲਜਾਂ ਦੀਆਂ ਚੋਣਾਂ ਵੀ 6 ਸਤੰਬਰ ਨੂੰ ਹੀ ਹੋਣਗੀਆਂ। ਯੂਨੀਵਰਸਿਟੀ ਵੱਲੋਂ ਚੋਣਾਂ ਲਈ ਪ੍ਰਬੰਧ ਮੁਕੰਮਲ ਕਰ ਲਏ ਗਏ ਨੇ। ਸਾਰੇ ਲਾਇਸੈਂਸੀ ਹਥਿਆਰਾਂ 'ਤੇ ਕਾਲਜਾਂ 'ਤੇ ਸੈਕਟਰ 14 'ਚ ਰੋਕ ਲਗਾ ਦਿੱਤੀ ਗਈ ਹੈ। ਮੁੱਖ ਸੁਰੱਖਿਆ ਅਫਸਰ ਵੀ ਸਟਾਫ 'ਤੇ ਸੰਪਰਕ 'ਚ ਰਹੇਗਾ। ਪ੍ਰਚਾਰ 'ਚ ਹਿੱਸਾ ਨਹੀਂ ਲੈ ਸਕਣਗੇ ਆਊਟਸਾਈਡਰਸ। ਪੁਲਿਸ ਨੂੰ ਦਿੱਤੀ ਜਾਵੇਗੀ ਵਿਦਿਆਰਥੀ ਸੰਗਠਨ 'ਤੇ ਕਾਰਜਕਾਰੀ ਦੀ ਜਾਣਕਾਰੀ। ਕਿਸੇ ਗੈਰ ਕਾਨੂੰਨੀ ਗਤੀਵਿਧੀ ਤੋਂ ਹਿੰਸਾ 'ਚ ਸ਼ਾਮਿਲ ਨਹੀਂ ਹੋਣਗੇ ਵਿਦਿਆਰਥੀ। ਕਿਸੇ ਵੀ ਤਰ੍ਹਾਂ ਦੀ ਹਿੰਸਾ ਦੇ ਲਈ ਪੀ ਯੂ ਪ੍ਰਸ਼ਾਸਨ ਹੋਵੇਗਾ ਜ਼ਿੰਮੇਵਾਰ। ਸਾਰੇ ਹੋਸਟਲਰਸ ਅਤੇ ਗੇਟਾਂ 'ਤੇ ਰੈਗੂਲਰ ਚੈਕਿੰਗ ਜ਼ਰੂਰੀ। ਸਾਰੇ ਹੋਸਟਲ ਵਾਰਡਨ ਆਊਟਸਾਈਡਰਸ ਬਾਰੇ ਜਾਣਕਾਰੀ ਦੇਣਗੇ। ਸਟਾਫ ਅਤੇ ਵਿਦਿਆਰਥੀਆਂ ਨੂੰ ਸਟਿੱਕਰ ਦਿੱਤੇ ਜਾਣਗੇ। ਚੋਣਾਂ ਲਈ ਦਿਸ਼ਾ ਨਿਰਦੇਸ਼ ਦਿੱਤੇ ਗਏ ਨੇ। ਖਾਸ ਤੌਰ 'ਤੇ ਟਰੈਵਲਿੰਗ ਟ੍ਰਿਪਸ ਨਹੀਂ ਹੋਣਗੇ। ਉਹਦੇ ਵਿਦਿਆਰਥੀਆਂ ਨੂੰ ਜਲਦ ਤੋਂ ਜਲਦ ID ਕਾਰਡ ਜਾਰੀ ਕੀਤੇ ਜਾਣਗੇ। ਇਸੇ 'ਤੇ ਜ਼ਿਆਦਾ ਜਾਣਕਾਰੀ ਲਈ ਸਾਡੇ ਨਾਲ ਗਗਨਦੀਪ ਜੁੜ ਗਏ ਨੇ। ਗਗਨਦੀਪ, ਤੌਰ ਤੋਂ ਜਾਣਨਾ ਚਾਹਾਂਗੇ ਪੀ ਯੂ 'ਚ ਵਿਦਿਆਰਥੀ ਸੰਗਠਨ ਚੋਣਾਂ ਦਾ ਬਿਗੁਲ ਬਚ ਚੁੱਕਿਆ, ਕੀ ਕੁਝ ਜਾਣਕਾਰੀ ਇਸ 'ਤੇ? ਬਿਲਕੁਲ, ਤੁਹਾਨੂੰ ਦੱਸਣਾ ਚਾਹਾਂਗੀ ਕਿ ਪੀ ਯੂ ਦੇ ਵਿੱਚ 6 ਸਤੰਬਰ ਨੂੰ ਵਿਦਿਆਰਥੀ ਚੋਣਾਂ ਜਿਹੜੀਆਂ ਹੈਗੀਆਂ ਉਹ ਕਰਵਾਈਆਂ ਜਾ ਰਹੀਆਂ ਹੈਗੀਆਂ। ਹਾਲਾਂਕਿ ਜਿਸ ਤਰੀਕੇ ਦੇ ਨਾਲ ਗੱਲ ਕਰੀਏ ਪੀ ਯੂ ਦੇ ਵਿੱਚ ਮੌਜੂਦਾ ਹਾਲਾਤਾਂ ਦੀ, ਤਾਂ ਮੌਜੂਦਾ ਹਾਲਾਤਾਂ ਦੇ ਵਿੱਚ ਪੀ ਯੂ ਦੇ ਕਾਫੀ ਤਰ੍ਹਾਂ ਜਿਹੜੀ ਪੋਲੀਟੀਕਲ ਪਾਰਟੀਜ਼ ਹੈਗੀਆਂ ਉਹ ਵਿਰੋਧ ਕਰ ਰਹੀਆਂ ਹੈਗੀਆਂ ਕਿ ਜਿਹੜਾ ਨਵਾਂ ਡੀਨ ਉਹਨਾਂ ਨੇ ਅਪੁਆਇੰਟ ਕੀਤਾ ਹੈਗਾ ਸਟੂਡੈਂਟ ਵੈਲਫੇਅਰ ਡੀਨ ਵਾਸਤੇ ਜਿਹੜਾ ਇਹ ਪੂਰੀਆਂ ਚੋਣਾਂ ਕਰਾਉਂਦਾ ਹੈਗਾ, ਤਾਂ ਉਹਦੇ ਵਾਸਤੇ ਜਿਹੜਾ ਹੈਗਾ ਵਿਰੋਧ ਲਗਾਤਾਰ ਜਾਰੀ ਹੈਗਾ। ਪਰ ਤੁਹਾਨੂੰ ਦੱਸ ਦਈਏ ਕਿ ਜਿਹੜੀ ਇਹ ਚੋਣਾਂ ਹੈਗੀਆਂ ਇਹ 6 ਸਤੰਬਰ ਨੂੰ ਕਰਵਾਈ ਜਾਣੀਆਂ ਹੈਗੀਆਂ, ਜਿਸ ਨੂੰ ਲੈ ਕੇ ਤਿਆਰੀਆਂ ਜਿਹੜੀਆਂ ਹੈਗੀਆਂ ਜ਼ਰੂਰ ਸ਼ੁਰੂ ਹੋ ਚੁੱਕੀਆਂ। ਉੱਥੇ ਹੀ ਨਵੇਂ ਜਿਹੜੇ ਡੀਨ ਦੀ ਆਪਾਂ ਗੱਲ ਕਰੀਏ ਜਗਤ ਭੂਸ਼ਣ ਦੀ, ਤਾਂ ਉਹਨਾਂ ਦਾ ਕਹਿਣਾ ਹੈਗਾ ਕਿ ਫ੍ਰੀ ਐਂਡ ਫੇਅਰ ਪੋਲ ਜਿਹੜੀਆਂ ਹੈਗੀਆਂ ਉਹ ਕਰਵਾਉਣਗੇ। ਪਰ ਇਸ ਦੇ ਉੱਤੇ ਕਈ ਲੋਕ ਜਿਹੜੇ ਹੈਗੇ ਆ ਉਹ ਇਤਰਾਜ਼ ਜਤਾ ਰਹੇ ਹੈਗੇ ਨੇ, ਕਈ ਪੋਲੀਟੀਕਲ ਪਾਰਟੀਜ਼ ਜਿਹੜੀਆਂ ਹੈਗੀਆਂ ਉਹ ਇਤਰਾਜ਼ ਜਤਾ ਰਹੀਆਂ, ਕਿਉਂਕਿ ਜਿਸ ਤਰੀਕੇ ਦੇ ਨਾਲ ਪਿੱਛੇ ਹੋਏ ਸੈਨੇਟ ਦੀ ਆਪਾਂ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਇਹ ਮੰਗ ਰੱਖੀ ਗਈ ਸੀਗੀ ਕਿ ਜਿਹੜੇ ਉੱਥੇ ਦੇ ਮੌਜੂਦਾ ਇਮੈਨੁਅਲ ਨਾਹਰ ਹੈਗੇ ਨੇ ਉਹਨਾਂ ਨੂੰ ਉਹਦੇ ਵਿੱਚ ਰੱਖਿਆ ਜਾਵੇ। ਜੀ ਗਗਨਦੀਪ, ਇਸ ਤਮਾਮ ਜਾਣਕਾਰੀ ਦੇ ਲਈ ਬਹੁਤ ਬਹੁਤ ਧੰਨਵਾਦ।